Good morning everyone, this is your health coach Gurleen Chopra. What is the secret of getting up early morning? Early morning ਸਾਨੂੰ ਕਿਉਂ ਉੱਠਣਾ ਚਾਹੀਦਾ ਹੈ? ਇਹਦੇ ਨਾਲ ਉੱਠਣ ਦੇ ਨਾਲ ਸਾਡੀ ਬਾਡੀ ਵਿੱਚ ਕੀ ਚੇਂਜਸ ਹੁੰਦੇ ਆ? ਸਭ ਤੋਂ ਪਹਿਲਾਂ ਤਾਂ 3 ਵਜੇ ਤੋਂ ਲੈ ਕੇ 5 ਵਜੇ ਤੱਕ ਦਾ ਜਿਹੜਾ ਟਾਈਮ ਹੁੰਦਾ ਬਹੁਤ ਹੀ ਪਾਕ ਪਵਿੱਤਰ ਹੁੰਦਾ ਔਰ ਉਸ ਟਾਈਮ ਵਿੱਚ ਸਾਡੀ ਬਾਡੀ ਦੇ ਵਿੱਚ ਹੈਪੀ ਹਾਰਮੋਨਸ ਜਨਰੇਟ ਕਰਦੇ ਆ। ਵੈਨ ਆਈ ਗੈਟ ਅਪ ਲਾਈਕ 2:50 ਮੈਂ ਜਦੋਂ ਵੀ 2:50 ਤੇ ਉੱਠਦੀ ਆ ਦਿਨ ਵਿੱਚ ਉਦੋਂ ਮੇਰੀ ਬਾਡੀ ਦੇ ਵਿੱਚ ਡਿਫਰੈਂਟ ਫੀਲ ਹੁੰਦੀ। ਤੁਸੀਂ ਦੇਖ ਸਕਦੇ ਹੋ ਹੁਣ ਟਾਈਮ ਹੋ ਗਿਆ 4:45 AM ਔਰ ਮੈਂ ਬਿਲਕੁਲ ਆਪਣੇ ਜਿਮ ਲਈ ਰੈਡੀ ਹਾਂ। ਨਾ ਲੋਕ ਕੇ ਪਾਠ ਵੀ ਖਤਮ ਹੋ ਗਿਆ, ਮੈਂ ਸਾਰੇ ਘਰ ਦੇ ਕੰਮ ਵੀ ਕਰ ਲਏ, ਝਾੜੂ ਪੋਚਾ ਡਸਟਿੰਗ ਐਵਰੀਥਿੰਗ ਮੈਂ ਕਰ ਚੁੱਕੀ ਹਾਂ, ਬਿਲਕੁਲ ਜਿਮ ਲਈ ਰੈਡੀ ਹਾਂ। ਇਸ ਵੀਡੀਓ ਨੂੰ ਬਣਾਉਣ ਤੋਂ ਬਾਅਦ ਮੈਂ ਜਿਮ ਲਈ ਨਿਕਲ ਜਾਣਾ ਔਰ ਮੈਨੂੰ ਲੱਗਦਾ ਜਿਮ ਵਿੱਚ ਵੀ ਮੈਂ ਹੀ ਸਭ ਤੋਂ ਪਹਿਲਾਂ ਜਾਂਦੀ ਹਾਂ ਔਰ ਜਾ ਕੇ ਜਿਹੜਾ ਲੌਕ ਖੁੱਲਦਾ ਹੈ, ਲੌਕ ਖੁੱਲਣ ਵਾਲਾ ਆਉਂਦਾ ਹੈ ਉਹਦੇ ਨਾਲ ਸਭ ਤੋਂ ਪਹਿਲਾਂ ਮੈਂ ਹੀ ਹੁੰਦੀ ਹਾਂ। ਸੋ ਇੱਕ ਅਰਲੀ ਉੱਠਣਾ, ਅਰਲੀ ਸਾਰੇ ਕੰਮ ਕਰਨਾ, ਇੱਕ ਡਿਫਰੈਂਟ ਐਨਰਜੀ ਲੈਵਲ ਹੁੰਦਾ ਤੁਹਾਡਾ। ਅਗਰ ਤੁਹਾਨੂੰ ਲੱਗਦਾ ਨਾ ਕਿ ਤੁਹਾਡੀ ਬਾਡੀ ਬੜੀ ਟਾਇਰਡ ਹੈ, ਤੁਹਾਡੀ ਬਾਡੀ ਵਿੱਚ ਜਾਨ ਨਹੀਂ ਹੈ, ਜ਼ਿੰਦਗੀ ਬੇਜਾਨ ਹੋ ਚੁੱਕੀ ਹੈ, ਤੁਹਾਨੂੰ ਸਮਝ ਨਹੀਂ ਆ ਰਿਹਾ ਮੈਂ ਕੀ ਕਰਾਂ ਕੀ ਨਾ ਕਰਾਂ, ਕੁਛ ਨਹੀਂ ਕਰਨਾ, ਤੁਸੀਂ ਸਵੇਰੇ 3 ਵਜੇ ਤੋਂ ਲੈ ਕੇ 5 ਵਜੇ ਤੱਕ ਉੱਠਣਾ ਸ਼ੁਰੂ ਕਰੋ। ਬਟ ਅਫਸੋਸ, ਤੁਸੀਂ ਸੌਂਦੇ ਹੀ 2-2, 3-3 ਵਜੇ ਹੋ, 3-5 ਕਿੱਦਾਂ ਉੱਠੋਗੇ? ਜਿੰਨੇ ਵੀ ਜ਼ਿੰਦਗੀ ਵਿੱਚ ਲੈਜੈਂਡਸ ਹੋਏ, ਜਿਨ੍ਹਾਂ ਨੇ ਕੁਛ ਮੰਜ਼ਲਾਂ ਹਾਸਿਲ ਕੀਤੀਆਂ, ਉਹ ਸਾਰੇ 2 ਵਜੇ ਉੱਠਦੇ ਆ, 3 ਵਜੇ ਉੱਠਦੇ, ਉੱਠ ਕੇ ਆਪਣਾ ਜੋ ਵੀ ਜਿਸ ਵੀ ਪ੍ਰੋਫੈਸ਼ਨ ਦੇ ਵਿੱਚ, ਚਾਹੇ ਮਿਊਜ਼ਿਕ ਡਾਇਰੈਕਟਰ ਹੈ, ਚਾਹੇ ਉਹ ਮਿਊਜ਼ਿਕ ਬਣਾਉਂਦੇ ਆ, ਚਾਹੇ ਉਹ ਡਾਇਰੈਕਟਰ ਹੈ, ਚਾਹੇ ਕੋਈ ਵੀ ਹੈ, ਉਹ ਸਵੇਰੇ 3 ਵਜੇ ਤੋਂ ਲੈ ਕੇ 5 ਵਜੇ ਤੱਕ ਆਪਣਾ ਕੰਮ ਕਰਦੇ ਆ, ਉਦੋਂ ਸਾਨੂੰ ਰੱਬ ਵੱਲੋਂ ਵੀ ਬੜੀਆਂ ਅੱਛੀਆਂ ਬਲੈਸਿੰਗਸ ਆ ਰਹੀਆਂ ਹੁੰਦੀਆਂ। ਅਸੀਂ ਜੋ ਵੀ ਕੰਮ ਉਸ ਟਾਈਮ ਕਰਦੇ ਹਾਂ ਸਾਨੂੰ ਬਹੁਤ ਵੱਡੀ ਸਕਸੈਸ ਮਿਲਦੀ ਹੈ। ਕਰਕੇ ਦੇਖਿਓ ਤੁਹਾਡਾ ਜ਼ਿੰਦਗੀ ਵਿੱਚ ਕੋਈ ਵੀ ਕੰਮ ਅਟਕਿਆ ਹੋਇਆ, ਪੂਰਾ ਨਹੀਂ ਹੋ ਰਿਹਾ, ਅਰਲੀ ਮਾਰਨਿੰਗ ਉੱਠਣਾ ਸ਼ੁਰੂ ਕਰੋ ਔਰ ਉਸ ਕੰਮ ਨੂੰ ਇਸ ਵਕਤ 3 ਵਜੇ ਤੋਂ ਲੈ ਕੇ 5 ਵਜੇ ਤੱਕ ਕਰਨਾ ਸ਼ੁਰੂ ਕਰੋ। ਚਾਹੇ ਕੋਈ ਪੈਸੇ ਦੀ ਪ੍ਰੋਬਲਮ ਹੈ, ਚਾਹੇ ਕੋਈ ਕਰੀਅਰ ਦੀ ਪ੍ਰੋਬਲਮ ਹੈ, ਚਾਹੇ ਤੁਹਾਨੂੰ ਜ਼ਿੰਦਗੀ ਵਿੱਚ ਕੋਈ ਵੀ ਪ੍ਰੋਬਲਮ ਹੈ, ਇਸ ਟਾਈਮ ਉੱਠ ਕੇ ਉਸ ਕੰਮ ਲਈ ਕੰਮ ਕਰਨਾ ਸ਼ੁਰੂ ਕਰੋ, ਹਾਰਡ ਵਰਕ ਕਰਨਾ ਸ਼ੁਰੂ ਕਰੋ, ਯੂ ਵਿਲ ਸੀ ਮਿਰੇਕਲਸ। ਤੁਹਾਨੂੰ ਇੰਨੀਆਂ ਜ਼ਿਆਦਾ ਮਿਰੇਕਲਸ ਦਿਖਣਗੇ, ਤੁਸੀਂ ਕਹੋਗੇ ਕਿ ਵਾਹ ਇਹ ਕ੍ਰਿਸ਼ਮੇ ਕਿੱਦਾਂ ਹੋ ਗਏ ਸਾਡੀ ਜ਼ਿੰਦਗੀ ਵਿੱਚ, ਕਿਉਂਕਿ ਸਾਡੀ ਬਾਡੀ ਦਾ ਐਨਰਜੀ ਲੈਵਲ ਉਸ ਟਾਈਮ ਬਹੁਤ ਹੀ ਜ਼ਿਆਦਾ ਹੁੰਦਾ ਹੈ। ਸਾਰਾ ਦਿਨ ਅਗਰ ਅਸੀਂ ਇੱਦਾਂ ਰਹਿੰਦੇ ਹਾਂ ਥੱਕੇ ਥੱਕੇ ਮਰੇ ਮਰੇ, ਕਿਉਂਕਿ ਇਸ ਟਾਈਮ ਜਨਰੇਟ ਕੀਤੇ ਹੋਏ ਹੈਪੀ ਹਾਰਮੋਨਸ ਤੁਹਾਨੂੰ 24 ਘੰਟੇ ਐਨਰਜੀ ਦਿੰਦੇ ਆ। ਹੁਣ ਮੈਂ ਉੱਠ ਗਈ ਹਾਂ, ਹੁਣ ਮੈਂ ਡਾਇਰੈਕਟਲੀ ਰਾਤ ਨੂੰ 9 ਵਜੇ ਜਾ ਕੇ ਸੋਣਾ। ਸਾਰਾ ਦਿਨ ਮੇਰੇ ਕੋਲ ਟਾਈਮ ਹੀ ਨਹੀਂ ਹੁੰਦਾ, ਅਗਰ ਮੈਂ ਕਿਤੇ ਹਾਫ ਐਨ ਆਰ ਪਾਵਰ ਨੈਪ ਲੈ ਲਵਾਂ ਤੇ ਲੈ ਲਵਾਂ, ਅਦਰਵਾਈਜ਼ ਆਈ ਐਮ ਸੋ ਬਿਜ਼ੀ, ਮੇਰੇ ਕੋਲ ਕੰਟੀਨਿਊਸ ਕਾਉਂਸਲਿੰਗਸ ਹੈ, ਫਿਰ ਮੇਰੀਆਂ ਆਨਲਾਈਨ ਕਲਾਸਿਸ ਹੈ, ਮੇਰੇ ਕੋਲ ਬਹੁਤ ਕੁਝ ਚੱਲਦਾ ਪਿਆ, ਟਾਈਮ ਹੀ ਨਹੀਂ ਮਿਲਦਾ ਮੈਨੂੰ ਸੌਣ ਦਾ। ਟਾਈਮ ਮਿਲ ਵੀ ਜਾਵੇ ਤੇ ਮੈਨੂੰ ਨੀਂਦ ਹੀ ਨਹੀਂ ਆਉਂਦੀ, ਕਿਉਂਕਿ ਉਹ ਹੈਪੀ ਹਾਰਮੋਨਸ ਬਹੁਤ ਜ਼ਿਆਦਾ ਐਕਟੀਵੇਟ ਰਹਿੰਦੇ ਸਾਰਾ ਦਿਨ। ਅਗਰ ਤੁਹਾਡੀ ਬਾਡੀ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਲਥਾਰਜੀ ਆ ਗਈ, ਹੋ ਚੁੱਕੇ ਹੋ, ਤੁਸੀਂ ਟਾਇਰਡ ਹੋ ਜਾਂਦੇ ਹੋ, ਜਾਨ ਹੀ ਨਹੀਂ ਹੈ, ਜ਼ਿੰਦਗੀ ਇਕਦਮ ਬੇਚੈਨ ਹੋ ਗਈ ਹੈ ਜਾਂ ਬੇਜਾਨ ਹੋ ਚੁੱਕੀ ਹੈ, ਟਰਾਈ ਦਿਸ ਫਾਰਮੂਲਾ। 3 ਵਜੇ ਤੋਂ ਲੈ ਕੇ 5 ਵਜੇ ਤੱਕ ਪਾਵਰ ਆਫ 3 AM to 5 AM, ਜਸਟ ਸੀ ਦਾ ਮਿਰੇਕਲਸ। ਇਹਦੇ ਵਿੱਚ ਕੀ ਮਿਰੇਕਲਸ ਹੁੰਦੇ ਆ, ਤੁਹਾਡੀ ਬਾਡੀ ਹੈ, ਤੁਹਾਡੀ ਸਕਿਨ ਹੈ, ਜਦੋਂ ਤੁਸੀਂ ਅਰਲੀ ਮਾਰਨਿੰਗ ਵਾਕ ਕਰੋਗੇ, ਫਰੈਸ਼ ਹਵਾ ਤੁਹਾਡੇ ਫੇਸ ਨੂੰ ਆ ਕੇ ਟੱਚ ਕਰੇਗੀ, ਤੁਹਾਡੀ ਬਾਡੀ ਨੂੰ ਟੱਚ ਕਰੇਗੀ, ਤੁਹਾਨੂੰ ਇੱਕ ਡਿਫਰੈਂਟ ਐਨਰਜੀ ਫੀਲ ਹੋਏਗੀ, ਤੁਹਾਡਾ ਮੂਡ ਚੇਂਜ ਹੋ ਜਾਏਗਾ, ਤੁਹਾਡੀ ਲਾਈਫ ਚੇਂਜ ਹੋ ਜਾਏਗੀ, ਤੁਹਾਡੀ ਬਾਡੀ, ਤੁਹਾਡੀ ਸਕਿਨ, ਸਭ ਕੁਝ ਹੀ ਚੇਂਜ ਹੋ ਜਾਏਗਾ। ਜਸਟ ਟ੍ਰਾਈ ਦਿਸ 1 ਵੀਕ ਕਰਕੇ ਦੇਖੋ ਔਰ ਮੈਨੂੰ ਇਸ ਵੀਡੀਓ ਦੇ ਨੀਚੇ ਦੱਸਿਓ ਕਿ ਦੀਦੀ ਸਾਨੂੰ ਕਿੱਦਾਂ ਫੀਲ ਹੋ ਰਿਹਾ ਹੈ, ਤਾਂ ਹੀ ਤੁਹਾਨੂੰ ਪਤਾ ਚੱਲੇਗਾ। ਜਦ ਤੱਕ ਤੁਸੀਂ ਨਹੀਂ ਉੱਠੋਗੇ ਇਸ ਮੈਰੀਕਲ ਮੈਜੀਕਲ ਟਾਈਮ ਦੇ ਵਿੱਚ, ਤੁਸੀਂ ਬਾਹਰ ਨਹੀਂ ਜਾਓਗੇ, ਵਾਕ ਨਹੀਂ ਕਰੋਗੇ ਔਰ ਇਸ ਟਾਈਮ ਦੀ ਨੂੰ ਅਵੇਲ ਨਹੀਂ ਕਰੋਗੇ, ਉਦੋਂ ਤੱਕ ਤੁਹਾਨੂੰ ਪਤਾ ਹੀ ਨਹੀਂ ਚੱਲੇਗਾ ਵੀ ਇਸ ਟਾਈਮ ਦੀ ਕੀ ਪਾਵਰ ਹੈ। ਪਾਵਰ ਆਫ 3 AM to 5 AM ਉੱਠੋਗੇ ਤਾਂ ਪਤਾ ਚੱਲੇਗਾ। ਲਵ ਯੂ ਆਲ, ਟੇਕ ਕੇਅਰ, ਸਟੇ ਫਿਟ, ਸਟੇ ਹੈਲਦੀ, ਫੋਰ ਐਵਰ ਫਿਟ, ਫੋਰ ਐਵਰ ਯੰਗ।